ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਦੀ ਤੇ ਇਹ ਜਿਹੜਾ ਅੱਜ ਸਾਨੂੰ ਪ੍ਰਦਰਸ਼ਨ ਕਰਨਾ ਪਿਆ ਇਹ ਸਾਨੂੰ ਮਜਬੂਰ ਹੋ ਕੇ ਕੱਲ ਜਦੋਂ ਕੈਪਟਨ ਸਾਹਿਬ ਨੇ ਆਪਣਾ ਬਜਟ ਰੱਖਿਆ ਉਹਦੇ ਵਿੱਚ ਸਾਡੇ ਵਧਾਏ ਹੋਏ ਮਾਨ ਭੱਤੇ ਦੇ ਵਿੱਚੋਂ ਉਸਨੇ 6000 ਰੁਪਈਆ ਜਿਹੜੀ ਕਟੌਤੀ 600 ਰੁਪਈਆ ਕਟੌਤੀ ਕਰ ਲਈ ਆ ਤੇ ਮੋਦੀ ਸਾਹਿਬ ਨੇ 1500 ਰੁਪਈਆ ਵਧਾਇਆ ਸੀ ਜਿਹਦੇ ਵਿੱਚ 60% ਮੋਦੀ ਨੇ ਦੇਣਾ ਸੀ ਤੇ 40% ਕੈਪਟਨ ਨੇ ਦੇਣਾ ਸੀ ਪਰ ਕੈਪਟਨ ਨੇ ਸਾਡੇ ਨਾਲ ਇਹ ਧੋਖਾ ਕਰਕੇ ਜਿਹੜਾ ਆਪਣੇ ਵਾਲਾ 40% ਆ ਉਹ ਕੱਟ ਲਿਆ ਤੇ ਜਦੋਂ ਸਾਨੂੰ ਪਤਾ ਲੱਗਾ ਕੱਲ ਉਸ ਤੋਂ ਬਾਅਦ ਹੀ ਸਾਡੀ ਜਥੇਬੰਦੀ ਨੇ ਫੈਸਲਾ ਕੀਤਾ ਕਿ ਅਸੀਂ ਅੱਜ ਸਾਰੇ ਜ਼ਿਲ੍ਹਿਆਂ 'ਤੇ ਜਿਹੜਾ ਪ੍ਰਦਰਸ਼ਨ ਕਰਾਂਗੇ ਅਤੇ ਸਾਨੂੰ ਸਰਕਾਰ ਨੇ 38 ਤਰੀਕ ਨੂੰ ਮੀਟਿੰਗ ਦਾ ਟਾਈਮ ਦਿੱਤਾ ਆ ਉਸ ਮੀਟਿੰਗ ਦਾ ਰਿਜ਼ਲਟ ਅਗਰ ਤਾਂ ਸਾਡੇ ਪੱਖ ਦੇ ਵਿੱਚ ਆਉਂਦਾ ਸਾਡਾ ਵਧਾਇਆ ਹੋਇਆ ਜਿਹੜਾ ਮਾਨ ਭੱਤਾ ਉਹ ਵਾਪਸ ਜਿਹੜਾ ਕੱਟਿਆ ਹੋਇਆ ਦਿੰਦੇ ਆ ਅਤੇ ਅਸੀਂ ਚੁੱਪ ਕਰਕੇ ਬਹਿ ਜਾਂਗੇ ਨਹੀਂ ਤਾਂ ਅਸੀਂ ਪਹਿਲਾਂ ਵਾਂਗ ਆਪਣਾ ਜਿਹੜਾ ਸੰਘਰਸ਼ ਆ ਹੋਰ ਤਿੱਖਾ ਕਰਾਂਗੇ ਅਤੇ ਸੜਕਾਂ 'ਤੇ ਸਾਰੀਆਂ ਭੈਣਾਂ ਮੇਰੀਆਂ ਆ ਜਾਣਗੀਆਂ।